ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖਣ ਲਈ। ਗੁਰਦਾਸਪੁਰ ਕੇ ਬਟਾਲਾ ਮੇ ਸਹਿਕਾਰੀ ਗੰਨੇ ਮਿਲ ਕਾ ਸੀਜ਼ਨਲ ਪੜਾਈ ਸ਼ੁਰੂਆਤ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੀਆ। ਰੰਧਾਵਾ ਨੇ ਕਿਹਾ ਕਿ ਬਟਾਲਾ ਸ਼ੂਗਰ ਮਿਲ ਕੀ ਸਮਰਥਾ ਬਣਾਉਣ ਕੇ ਲਈ 3500 TCD ਕਰਨੇ ਕਾ ਪਲਾਨ ਪਾਸ ਹੋ ਚੁੱਕਾ ਹੈ। 220 ਕਰੋੜ ਕੇ ਬਜਟ ਸੇ ਬਣਨੇ ਵਾਲਾ ਕੰਜਨਰਵੇਸ਼ਨ ਪਲਾਂਟ ਜਲਦ ਹੀ ਅਪਰੂਵ ਹੋ ਜਾਏਗਾ। ਰੰਧਾਵਾ ਨੇ ਇਹ ਵੀ ਕਿਹਾ ਕਿ NGT ਕੀ ਸਿਫਾਰਿਸ਼ੋ ਕੋ ਲੇਕਰ ਡੀਲ ਨਹੀਂ ਬਤਨੀ ਚਾਹੀਏ। ਮਹਾਰਾਸ਼ਟਰ ਕੇ ਸਾਥ ਮਾਰਕਫੈਡ ਕਾ ਆਦਾਨ ਪ੍ਰਦਾਨ ਕਰਨੇ ਕੀ ਬਾਤ ਚੱਲ ਰਹੀ ਹੈ। ਵਹੀ ਦੂਸਰੀ ਔਰ ਮਿਲ ਮੇ ਕਾਮ ਕਰਨੇ ਵਾਲੇ ਕਰਮਚਾਰੀਓ ਨੇ ਕਿਹਾ ਕਿ ਸਰਕਾਰ ਨੇ ਪੰਜਾਬ ਕੀ 5 ਸਰਕਾਰੀ ਸ਼ੂਗਰ ਮਿਲ ਬੰਦ ਕਰ ਰੱਖੀ ਹੈ ਔਰ ਵਹਾਂ ਕੇ ਕਰਮਚਾਰੀਓ ਕੋ ਰਾਜੇ ਕੀ ਦੂਸਰੀ ਮਿਲੋਂ ਮੇ ਠੇਕੇ ਪਰ ਬੇਚ ਦਿਆ ਜਾਤਾ ਹੈ, ਜਿਸ ਕਾਰਨ ਉਹਨੇ 45,000 ਸੇ ਇਕਦਮ 10 ਸੇ 12,000 ਵੇਤਨ ਦਿਆ ਜਾ ਰਿਹਾ ਹੈ। ਕਰਮਚਾਰੀ ਮਜਬੂਰੀ ਮੇ ਕਾਮ ਕਰ ਰਹੇ ਹੈ। ਉਹਨੇ ਸਰਕਾਰ ਸੇ ਮੰਗ ਕਰਤੇ ਹੋਏ ਕਿਹਾ ਕਿ ਕਾਮ ਕੇ ਬਦਲੇ ਪੂਰਾ ਵੇਤਨ ਦਿਆ ਜਾਏ। ਸਾਡਾ ਪ੍ਰੋਸੈਸ ਜਿਹੜਾ ਕੈਬਨਿਟ ਸਬ ਕਮੇਟੀ ਨੇ ਇਹਨੂੰ ਪਾਸ ਕਰ ਦਿੱਤਾ ਕਿ ਜਿਹੜਾ ਇਹਨੂੰ 3500 TCD ਕਰਨਾ ਔਰ ਜਿਹੜੀ ਇਹਦੀ ਟੋਟਲ ਕਪੈਸਿਟੀ 5000 ਮੈਟ੍ਰਿਕ ਟਨ ਰੋਜ਼ ਦੀ ਹੋਏਗੀ, ਜਿਹੜਾ ਗੰਨਾ ਚੁੱਕਿਆ ਜਾਏਗਾ। ਨਾਲ ਹੀ ਇਹਦਾ ਕੋ ਜਨਰੇਸ਼ਨ ਜਿਹੜਾ ਪਲਾਂਟ ਆ ਉਹਨੂੰ ਅਸੀਂ ਕਰਾਂਗੇ, ਉਹ ਨਾਲ ਲਵਾਂਗੇ ਕਿ ਬਿਜਲੀ ਵੀ ਇੱਥੇ ਤਿਆਰ ਹੋਵੇ। ਔਰ ਇਹਦਾ ਕੋਈ 220 ਕਰੋੜ ਰੁਪਏ ਦਾ ਇਸ ਵੇਲੇ ਜਿਹੜਾ ਬਜਟ ਬਣਿਆ ਔਰ ਅਸੀਂ ਉਹਦੀ ਜਿਹੜੀ ਹੈ ਕਿ ਸਬ ਕਮੇਟੀ ਨੇ ਅਪਰੂਵਲ ਦੇ ਦਿੱਤੀ ਆ। ਜਿਸ ਦਿਨ ਕੈਬਨਿਟ ਦੀ ਮੀਟਿੰਗ ਹੋਈ ਉਹਦੇ 'ਚ ਇਹਨੂੰ ਲੈ ਕੇ ਉਹਦਾ ਅਸੀਂ ਕਰ ਲਾਂਗੇ। ਉਹਦੇ ਬਾਅਦ ਸਾਡੀ ਇਹਦੇ 'ਚ ਕੋਈ ਵੀ ਹੁਣ ਕੋਈ ਡਿਲੇ ਨਹੀਂ ਔਰ ਇਹਦੇ ਜਿਹੜੀ ਹੈ ਕਿ ਇਹੀ ਹੈ ਕਿ ਸਾਡੀ ਜਿਹੜੀ DBR ਪ੍ਰੋਜੈਕਟ ਰਿਪੋਰਟ ਉਹ ਵੀ ਤਿਆਰ, ਸਭ ਕੁਝ ਤਿਆਰ ਹੋ ਕੇ ਅਪਰੂਵਲਾਂ ਸਾਡੀਆਂ ਤਿਆਰ ਨੇ ਔਰ ਅਸੀਂ 1.5 ਸਾਲ ਦੇ ਵਿੱਚ ਮਿਲ ਜਿਹੜੀ ਖੜੀ ਕਰਦੇ ਹਾਂ। ਇਹ ਬਾਰੇ ਤਾਂ ਮੈਨੂੰ ਇਹਨਾਂ ਨੇ ਪਤਾ, ਪਰ ਮੇਰਾ ਤਾਂ ਆਪਣੇ ਕੋਆਪਰੇਟਿਵ ਡਿਪਾਰਟਮੈਂਟ ਦਾ ਕਹਾਂਗੇ, ਅਸੀਂ ਕੋਈ ਵੀ ਡਿਲੇ ਕਿਸੇ ਪਾਸੇ ਦੀ ਕਦੀ ਵੀ ਨਹੀਂ ਹੋਣ ਦਿੰਦੇ, ਅਸੀਂ ਪਹਿਲੇ ਐਡਵਾਂਸ ਕੰਮ ਕਰਕੇ ਇਹ ਅਤੇ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਹੈਗੀਆਂ ਨੇ। ਦੇਖੋ NCT ਵਾਲਿਆਂ ਦੇ ਉਹਨਾਂ ਦੇ ਵੀ ਕਈ ਪ੍ਰੋਬਲਮਸ ਨੇ, ਉਹਦੇ 'ਚ ਸਰਕਾਰ ਦੀਆਂ ਵੀ ਕਈ ਡਿਲੇ ਦੀਆਂ ਆ ਜਾਂਦੀਆਂ, ਕੋਈ ਏਡੀ ਓਡੀ ਨੂੰ ਬੈਠ ਕੇ ਸੌਟ ਆਊਟ ਹੋ ਜਾਂਦੀਆਂ ਨੇ ਅਤੇ ਵਾਕਈ ਡਿਲੇ ਹੋਣੀ ਨਹੀਂ ਚਾਹੀਦੀ। ਕਦੇ ਵੀ ਜੇ ਹੁਣ ਅਸੀਂ ਮਿਲਾਂ ਜਿਹੜੀਆਂ ਸਟਾਰਟ ਕਰਨੀਆਂ ਤਾਂ ਇਹਨਾਂ 'ਚ ਕੋਈ ਡਿਲੇ ਨਹੀਂ ਹੈਗੀ ਔਰ ਸਭ ਅਪਰੂਵਲਾਂ ਅਸੀਂ ਲੈ ਕੇ ਇਹਨਾਂ ਨੂੰ ਤਿਆਰੀ ਕਰਕੇ ਬੈਠੇ। ਇਹਦਾ ਜਿਹੜੀ SIT ਦਾ ਕੰਮ ਹੈ ਕਿਸੇ ਨੂੰ ਸਮਨ ਕਰਨਾ, ਨਹੀਂ ਆਉਣਾ ਜਾਂ ਨਹੀਂ ਆਉਣਾ ਉਸ ਬੰਦੇ 'ਤੇ ਨਿਰਭਰ ਕਰਦਾ। ਜਿਹੜੇ ਬੰਦੇ ਆਪ ਨੂੰ ਉਹਨਾਂ ਦੀ ਕੋਰ ਕਮੇਟੀ ਨੇ ਕਹਿਤਾ ਕਿ ਇਹ ਦੋਨੋਂ ਪੇਸ਼ ਹੋਣਗੇ, ਜੇ ਨਹੀਂ ਪੇਸ਼ ਹੁੰਦੇ ਤਾਂ ਆਪੇ ਹੀ ਪੰਜਾਬ ਦੀ ਜਿਹੜੀ ਹੈਗੀ ਆ ਗੁਨਾਹਗਾਰ ਨੇ ਇਹਦਾ ਮਤਲਬ, ਅਤੇ ਇਹਨਾਂ ਨੂੰ ਪੇਸ਼ 'ਚ ਹੋਣਾ ਹੀ ਪਏਗਾ। SIT ਕਿਸੇ ਦੀ ਨਹੀਂ ਗੀ, SIT ਜਿਹੜੇ ਆਫਿਸਰ ਨੇ ਉਹਨਾਂ ਦੇ ਟਾਈਮ 'ਤੇ ਸੀ, ਹੁਣ ਵੀ ਉਹ ਨੇ, ਅੱਗੇ ਵੀ ਉਹਨਾਂ ਨੇ ਰਹਿਣਾ, ਅਤੇ ਇਸ ਕਰਕੇ SIT 'ਤੇ ਕਿੰਤੂ ਪਰੰਤੂ ਕਰਨ ਦੀ ਉਹਨਾਂ ਨੂੰ ਵੀ ਕੋਈ ਐਡੀ ਵੱਡੀ ਲੋੜ ਨਹੀਂ। ਸਾਡੇ ਕੋਆਪਰੇਟਿਵ ਡਿਪਾਰਟਮੈਂਟ ਦਾ ਮਾਰਕਫੈਡ ਦਾ ਉਹਨਾਂ ਨਾਲ ਅਸੀਂ ਟਾਈਪ ਕੀਤਾ ਔਰ ਮੈਂ ਵੀ ਉੱਥੇ ਗਿਆ ਸੀ, ਜਿਹੜੇ ਸਾਡੇ ਪ੍ਰੋਡਕਟ ਬਣਦੇ ਨੇ ਉਹਨਾਂ ਦੇ ਨਾਲ ਕੋਈ 59 ਸਾਡੇ ਪ੍ਰੋਡਕਟ ਬਣਦੇ, ਉਹਨਾਂ ਨਾਲ ਗੱਲ ਕੀਤੀ ਆ। ਉਹਨਾਂ ਨੇ ਆਖਿਆ ਕਿ ਅਸੀਂ ਤੁਹਾਨੂੰ ਆਪਣੀ ਜਿਹੜੀ ਉਹਨਾਂ ਦੀ ਮਾਰਕੀਟਿੰਗ ਹੈ, ਜਿਵੇਂ ਸਾਡਾ ਮਾਰਕੀਟ ਹੈ ਉਹਨਾਂ ਦੀ ਵੀ ਆਪਣੀ ਮਾਰਕੀਟਿੰਗ ਉੱਥੇ ਜਿਹੜੀ ਹੈਗੀ ਉਹਦੇ 'ਚ ਜਿੱਥੇ ਜਿੱਥੇ ਉਹਨਾਂ ਦੇ ਸਟੋਰ ਨੇ ਕਦੇ ਉੱਥੇ ਤੁਹਾਡਾ ਅਸੀਂ ਮਾਰਕੀਟ ਦਾ ਟੋਟਲ ਸਮਾਨ ਅਸੀਂ ਵੇਚਾਂਗੇ। ਅਸੀਂ 20-20 ਸਾਲ ਮਿਲ ਦੇ ਵਿੱਚ ਕੰਮ ਕੀਤਾ ਵਾ, ਤਰਨ ਤਾਰਨ ਕੋਆਪਰੇਟਿਵ ਸ਼ੂਗਰ ਮਿਲ ਦੇ ਵਿੱਚ, ਉਹਨੂੰ 6 ਦੇ ਵਿੱਚ ਇਹਨਾਂ ਬੰਦ ਕਰਤਾ ਗਿਆ। ਸਾਨੂੰ 6 ਤੋਂ ਬਾਅਦ ਹੁਣ ਤੱਕ ਕੁਛ ਨਹੀਂ ਮਿਲਿਆ, ਨਾ ਕੋਈ ਟ੍ਰੇਨਿੰਗ, ਨਾ ਕੋਈ ਭੱਤਾ, ਨਾ ਕੋਈ ਬੈਨੀਫਿਟ। ਸਾਨੂੰ 6 ਮਿਲ ਬਾਅਦ ਆਣ ਕੇ 9 'ਚ ਕੱਢਿਆ ਗਿਆ, ਟੱਚ ਕਰਤਾ। ਉਸ ਤੋਂ ਬਾਅਦ ਅਸੀਂ ਠੇਕੇ 'ਤੇ ਜਾਂ ਮਿਲਾਂ 'ਚ ਕੰਮ ਕਰ ਰਹੇ ਹਾਂ, ਕਿਉਂਕਿ ਸਾਨੂੰ ਥੋੜ੍ਹੀ ਜਿਹੀ ਤਨਖਾਹ ਦੇ ਕੇ ਅਸੀਂ ਟਾਈਮ ਪਾਸ ਕਰਨ ਰਹੇ ਹਾਂ। ਕੋਈ ਸਾਡੇ ਹੋਰ ਰੁਜ਼ਗਾਰ ਕੋਈ 20-20 ਸਾਲ ਅਸੀਂ ਉੱਧਰ ਲਾ ਲਏ, ਬੱਚੇ ਜਵਾਨ ਹੋ ਗਏ, ਬੱਚੇ ਵਿਹਣੇ, ਮਕਾਨ ਬਣਾਉਣਾ, ਅਸੀਂ ਮੌਜੂਦਾ ਟਾਈਮ ਪਾਸ ਕਰਨ ਰਹੇ। ਇਹ ਤਕਰੀਬਨ 5 ਮਿਲਾਂ ਵਾ ਪੰਜਾਬ ਦੇ ਵਿੱਚ ਜਿਹੜੇ ਬੰਦ ਹੋਈਆਂ, ਅਤੇ 2,000 ਦੇ 2,200 ਕਰੀਬ ਬੰਦੇ ਆ ਜਿਹੜੇ ਸਾਰੀਆਂ ਮਿਲਾਂ ਦੇ ਵਿੱਚ ਸੀਨੀਅਰ ਪਰਮਾਨੈਂਟ ਆ, ਉਹਨਾਂ ਕੁਛ ਨਹੀਂ ਮਿਲਿਆ।
ਸਾਨੂੰ ਇਹ ਵੀ ਸਾਨੂੰ ਜੇ ਕਿਤੇ ਪਹਿਲਾਂ ਅਸੀਂ ਕੰਮ ਕਰਨਾ ਠੇਕੇ ਦੇ ਸਰ ਪੱਕਿਆ ਕੀਤਾ ਜਾਵੇ, ਜਿਹੜੇ ਸਾਡੀ ਦਸਾਂ ਪਾਸੇ ਟ੍ਰੇਨਿੰਗ ਮਿਲਦੀ ਸਾਨੂੰ ਆਪੇ ਘਰ ਬੈਠਿਆ ਮਿਲਦੀ ਸੀ, ਉਹ ਸਾਡੀ ਜਿਹੜੀ ਬਣਦੀ ਬਾਹਰ ਤੇਰਾ ਸਾਨੂੰ ਦਿੱਤੀ ਜਾਵੇ। ਇਹਦੇ ਬਾਰੇ ਸਾਨੂੰ ਵੀ ਸਰਕਾਰ ਦੀਆਂ ਪਾਲਿਸੀਆਂ ਕਰ ਲਓ, ਕੁਛ ਤਾਂ ਕਰ ਲਓ, ਪੋਲੀਟੀਕਲ ਪ੍ਰੈਸ਼ਰ ਕਰ ਲਓ, ਅਤੇ ਸਾਡੇ ਨਾਲ ਬਹੁਤ ਅਕਾਲ ਹੈ, ਸਾਡਾ ਬਹੁਤ ਨੁਕਸਾਨ ਹੋਇਆ, ਸਾਡੇ ਬੱਚੇ ਵਿਆਹਣ ਤੋਂ ਬੈਠੇ ਆ, ਅਸੀਂ ਮਕਾਨ ਬਣਾਉਣ ਤੋਂ ਬੈਠੇ ਹਾਂ, ਜੋ ਬੱਚੇ ਆ ਉਦੋਂ ਸੈਲਰੀ ਮਿਲੀ, ਜੋ ਸਾਡੇ ਖਰਚੇ ਵਧੇ, ਅੱਜ ਕੱਲ੍ਹ ਸਾਡੇ ਬੱਚੇ ਵਿਹਲੇ ਤੁਰੇ ਫਿਰਦੇ, ਅਸੀਂ ਪੜ੍ਹਾ ਨਹੀਂ ਸਕੇ। ਇਹ ਜੇ ਕੰਟੈਕਟ ਬੇਸ 'ਤੇ ਕੰਮ ਕਰਨ ਦੇ ਲਈ ਸਾਨੂੰ ਨਾ ਕੋਈ ਉੱਧਰ ਰਿਟੈਚਮੈਂਟ ਦੇ ਕੇ ਅਤੇ ਕੱਢ ਘੱਤਿਆ ਵਾ, ਨਾ ਕੋਈ ਵੀਰਸ ਦਿੱਤੀ ਆ, ਨਾ ਕੋਈ ਪਤਾ ਦਿੱਤਾ ਵਾ, ਨਾ ਕੋਈ ਬਾਅਦ 'ਚ ਨੌਕਰੀ ਦਿੱਤੀ ਆ। ਇਸ 2006 ਤੋਂ ਲਾ ਕੇ ਅੱਜ ਤੱਕ ਜੀ 12 ਦੇ ਵਿੱਚ ਉਹ ਰਿਟੈਚਮੈਂਟ ਦਿੱਤੀ, 12 ਦੇ ਵਿੱਚ ਜਾ ਕੇ ਉਹ ਵੀ 40-40 ਹਜ਼ਾਰ ਰੁਪਈਆ ਕਿਸੇ ਨੂੰ। ਅਸੀਂ ਚਾਹੁੰਦੇ ਹਾਂ ਕਿ ਜਿੱਥੇ ਪੋਸਟਾਂ ਖਾਲੀ ਆ ਉੱਥੇ ਸਾਨੂੰ ਐਡਜਸਟ ਕਰ ਦਿੱਤਾ ਜਾਵੇ, ਅਤੇ ਜੋ ਵੀ ਪੀ ਸਾਡਾ ਬਣਦਾ ਹੱਕ ਵਾ ਉਹ ਦਿੱਤਾ ਜਾਵੇ। ਰਿੰਕੂ ਰਾਜਾ, ਦਿਵਿਆ ਪੰਜਾਬ ਟੀਵੀ, ਬਟਾਲਾ।